ਹਾਂ ਬਹੁਤ ਜੀ, ਧੰਨਵਾਦ, ਅਰੁਣਾ ਚੌਧਰੀ ਜੀ। ਧੰਨਵਾਦ ਸਪੀਕਰ ਸਾਹਿਬ, ਬਹੁਤ ਬਹੁਤ ਥੈਂਕ ਯੂ, ਮੁਬਾਰਕਾਂ ਜੀ ਥੈਂਕ ਯੂ, ਤੁਹਾਨੂੰ। ਧੰਨਵਾਦ ਜੀ, ਥੈਂਕ ਯੂ। ਸਪੀਕਰ ਸਾਹਿਬ, ਮੈਂ ਅੱਜ ਦੀਨਾਨਗਰ ਦੇ ਨਾਲ ਸੰਬੰਧਿਤ ਪੀਡਬਲਿਊਡੀ ਡਿਪਾਰਟਮੈਂਟ ਨਾਲ ਸੰਬੰਧਿਤ ਇੱਕ ਸਵਾਲ ਵੀ ਲੱਗਿਆ ਸੀ, ਮੇਰਾ ਲੱਗਿਆ ਨਹੀਂ, ਟਾਈਮ ਹੋ ਗਿਆ ਸੀ। 2022 ਤੋਂ ਪਹਿਲੇ ਜਿਹੜੇ ਕਿ ਪ੍ਰੋਜੈਕਟਸ ਨੂੰ ਐਡਮਿਨਿਸਟ੍ਰੇਟਿਵ ਔਰ ਟੈਕਨੀਕਲ ਜਿਹੜੀ ਅਪਰੂਵਲ ਮਿਲ ਚੁੱਕੀਆਂ ਨੇ, ਉਹ ਪ੍ਰੋਜੈਕਟਸ ਹਜੇ ਤੱਕ ਵੀ ਲਟਕ ਰਹੇ ਨੇ, ਉਹ ਕੰਪਲੀਟ ਨਹੀਂ ਹੋਏ। ਸਭ ਤੋਂ ਪਹਿਲੇ ਤੇ ਮੈਂ ਗੱਲ ਕਰਾਂਗੀ ਕਿ ਮੀਰਥਲ ਰੋਡ ਤੇ ਪੁਲੀਆਂ ਬਣੀਆਂ ਸੀ 25, 11 ਪੁਲੀਆਂ ਟੁੱਟੀਆਂ ਹੋਈਆਂ ਨੇ ਔਰ ਸੜਕ ਵੀ ਅਨਈਵਨ ਹੈ, ਲੇਕਿਨ ਉਹ ਠੇਕੇਦਾਰ ਨੂੰ ਕੋਈ ਨਹੀਂ ਪੁੱਛ ਰਿਹਾ, ਉਹਦੇ ਤੇ ਕਾਰਵਾਈ ਕਰਕੇ ਉਹਦੀ ਇਨਕੁਆਇਰੀ ਫਿਕਸ ਕਰੋ। ਦੂਸਰਾ, ਬੀਆਰ ਅੰਬੇਦਕਰ ਭਵਨ, ਜਿਹੜਾ ਕਿ ਹਜੇ ਉਹਦਾ ਨੀਂਹ ਪੱਥਰ ਵੀ ਨਹੀਂ ਰੱਖਿਆ, ਉਹਦੀ ਨੀਂਹਾਂ ਵੀ ਨਹੀਂ ਰੱਖੀਆਂ, ਉਹ ਵੀ ਤੁਸੀਂ ਕਿਹਾ ਕਿ 1 ਸਾਲ ਦੇ ਵਿੱਚ ਕੰਪਲੀਟ ਹੋ ਜਾਏਗਾ, ਉਹ ਕਿਵੇਂ ਕੰਪਲੀਟ ਹੋਏਗਾ ਕਿਉਂਕਿ 30 ਮਹੀਨੇ ਦੇ ਵਿੱਚ ਉਹਦਾ ਟੈਂਡਰ ਵੀ ਨਹੀਂ ਸੀ ਤੁਸੀਂ ਲਗਾ ਸਕੇ। ਸੈਕੰਡਲੀ, ਨਾਨੂ ਨੰਗਲ ਬ੍ਰਿਜ UBDC ਤੇ ਬੰਨਾ ਸੀਗਾ, ਉਹ ਹਜੇ ਤੱਕ ਪ੍ਰਾਈਵੇਟ ਜਿਹੜਾ ਜ਼ਮੀਨ ਦਾ ਮਾਲਿਕ ਹੈ ਉਹਦੇ ਨਾਲ ਉਹਨੂੰ ਪੈਸੇ ਨਹੀਂ ਮਿਲੇ, ਉਹਦੀ ਜ਼ਮੀਨ ਅਕਵਾਇਰ ਉਹਦੇ ਵਿੱਚ ਆਉਂਦੀ ਹੈ, ਲੇਕਿਨ ਉਹ ਤੁਸੀਂ ਕਿਹਾ ਕਿ 12 ਮਹੀਨੇ ਚ ਕੰਪਲੀਟ ਹੋ ਜਾਏਗਾ, ਜਦੇ ਪਹਿਲੇ ਉਹਦੀ ਪੈਸੇ ਤੇ ਦੇ ਦਿਓ ਉਹਦੀ ਅਕਵਾਇਰ ਕਰਨ ਦੀ, ਜ਼ਮੀਨ ਅਕਵਾਇਰ ਕਰਨ ਦੇ। ਬਾਅਦ ਦੇ ਵਿੱਚ ਸਿੱਧਪੁਰ ਡਿਗਰੀ ਕਾਲਜ ਹੈ ਜਿਹੜਾ, ਉਹ ਵੀ ਇਨਕੰਪਲੀਟ ਹੈ, ਜਿਹੜਾ ਕਿ ਤੁਸੀਂ ਜਵਾਬ ਚ ਲਿਖਿਆ ਕਿ ਉਹ ਬਿਲਕੁਲ ਕੰਪਲੀਟ ਹੈ, ਉੱਥੇ ਕੋਈ ਕੰਮ ਨਹੀਂ ਚੱਲ ਰਿਹਾ, ਤੁਸੀਂ ਦੱਸਿਆ ਕਿ ਉਹ ਕੰਮ ਚੱਲ ਰਿਹਾ ਹੈ ਜਦਕਿ ਉੱਥੇ ਤਾਲਾ ਲੱਗਿਆ ਹੋਇਆ, ਕੋਈ ਵੀ ਕੰਮ ਨਹੀਂ ਹੋ ਰਿਹਾ। ਸੋ ਇਸੇ ਤਰ੍ਹਾਂ ਤੁਸੀਂ ਕੰਪਲੀਟ ਵਰਕ ਦੇ ਵਿੱਚ ਲਿਖਿਆ ਹੈ ਕਿ ਦੀਨਾਨਗਰ ਦਾ ਜਿਹੜਾ ਪਬਲਿਕ ਪਾਰਕ ਹੈ ਉਹ 88.14 ਲੱਖ ਰੁਪਏ ਦੇ ਨਾਲ ਕੰਮ ਕੀਤਾ ਗਿਆ ਹੈ ਔਰ ਕੰਪਲੀਟ ਹੈ, ਜਦਕਿ ਉੱਥੇ ਸਿਰਫ 32.34 ਲੱਖ ਰੁਪਏ ਹੀ ਖਰਚ ਹੋਇਆ ਤੇ ਉਹ 100% ਕੰਪਲੀਟ ਕਿਵੇਂ ਹੋ ਸਕਦਾ ਜਦਕਿ ਤੁਸੀਂ ਉਹਨੂੰ ਕੰਪਲੀਟ ਦੱਸਿਆ। ਇਸੇ ਤਰ੍ਹਾਂ ਕੱਲ ਵੀ ਮੈਂ ਗੱਲ ਕੀਤੀ ਸੀ ਕਿ ਜਿਹੜਾ ਕੰਕਲੂਡ ਕਰੋ ਜੀ ਬਾਜੀ ਜੀ, ਬਸ ਹੀ ਲਾਸਟ ਓਵਰ ਬ੍ਰਿਜ, ਜਿਹੜਾ ਰੇਲਵੇ ਓਵਰ ਬ੍ਰਿਜ ਹੈ ਉਹ ਵੀ ਇਨਕੰਪਲੀਟ ਹੈ ਜਦਕਿ ਉਹਨੂੰ ਤੁਸੀਂ ਕੰਪਲੀਟ ਦਿਖਾਇਆ ਗਿਆ, ਔਰ ਉੱਥੇ ਨਾ ਤੇ ਚੌਕ ਹੈ, ਨਾ ਲਾਈਟਾਂ ਨੇ ਬਣੀਆਂ ਨੇ, ਨਾ ਹੀ ਫੁੱਟ ਜਿਹੜਾ ਥੈਂਕ ਯੂ ਪੁੱਲ ਹੈ। ਥੈਂਕ ਯੂ।